8ਵੀਂ ਨਹੀਂ ਪਾਸ ਕੀਤੀ, ਉਹ ਨਹੀਂ ਪਾਸ ਕੀਤਾ, ਤੂੰ ਹੈ ਕਿੰਨਾ ਕੋ ਹੈ, ਇੱਦਾਂ ਹੁੰਦਾ, ਉਹ ਗੱਲਾਂ ਕਰਦੇ ਆ। ਇੰਸਟਾਗ੍ਰਾਮ ਤੇ ਬਾਇਓ ਦੇ ਇਹਨਾਂ ਦਾ ਨੰਬਰ ਸੀ, ਉੱਥੋਂ ਮੈਂ ਨੰਬਰ ਦਿੱਤਾ, ਫਿਰ ਕਾਲ ਕੀਤੀ, ਫਿਰ ਇਹ ਪੁੱਛ ਰਹੇ ਸੀ ਕਿ ਕੌਣ, ਫਿਰ ਮੈਂ ਇਹਨਾਂ ਦੀ ਕਦਰ ਮੇਰੀ ਫਰੈਂਡ ਹੈ, ਫਿਰ ਮੈਂ ਉਹਨਾਂ ਦਾ ਨਾਮ ਦਿੱਤਾ, ਮੈਂ ਕਿਹਾ ਉਹਨਾਂ ਦੀ ਮੈਂ ਫਰੈਂਡ ਬੋਲ ਰਹੀ ਹਾਂ, ਅਤੇ ਮੈਂ ਤੁਹਾਨੂੰ ਦੇਖਿਆ ਹੋਇਆ, ਇਹ ਕਹਿੰਦੇ ਕਿ ਮੈਂ ਤਾਂ ਦੇਖਿਆ ਨਹੀਂ ਹੋਇਆ, ਅਤੇ ਮੈਂ ਕੋਈ ਨਾ, ਮੈਂ ਤੁਹਾਨੂੰ ਹੁਣੇ ਦਿਖਾ ਦਿੰਦੀ ਹਾਂ, ਇੰਸਟਾਗ੍ਰਾਮ ਤੇ ਕਰ ਦਿੱਤੀ ਸੀ। ਬਸ ਮੈਨੂੰ ਵਧੀਆ ਲੱਗਦਾ ਸੀ, ਮੈਂ ਇਹ ਆਉਂਦੇ ਹੁੰਦੇ ਸੀ ਆਪਣੀ ਕਜ਼ਨ ਦੇ ਘਰੇ, ਅਤੇ ਮੈਂ ਵੀ ਜਾਂਦੀ ਸੀ ਉਹਨਾਂ ਦੇ ਘਰੇ, ਅਤੇ ਮੈਨੂੰ ਬਚਪਨ ਦੇ ਪਸੰਦ ਸੀ। ਐ ਨਾ ਥੋੜ੍ਹਾ ਜਿਹਾ ਨਾ ਮਤਲਬ ਦੂਰੀ ਸੀ ਜੀ ਕੁੜੀਆਂ ਤੋਂ, ਨਾ ਮਿਲਣਾ ਮਾੜਾ ਜਿਹਾ ਨਾ ਮਨ ਮਟਾ ਬਹੁਤ ਮਤਲਬ ਹੋਰ ਤਰ੍ਹਾਂ ਦਾ ਹੋ ਗਿਆ ਬਈ ਕੁੜੀਆਂ ਵਿੱਚ, ਮੈਂ ਨਾ ਗੱਲ ਵੀ ਨਹੀਂ ਸੀ ਕਰਦੀ, ਮੈਂ ਉਹਨੂੰ ਕਿਹਾ ਸੀ ਮੈਂ ਜਸਟ ਫਰੈਂਡਸ਼ਿਪ ਬਣ ਜਾ, ਮਤਲਬ ਜਸਟ ਫਰੈਂਡ ਬਣ ਜਾ, ਮੈਂ ਉੱਦਾਂ ਨਹੀਂ ਰਿਲੇਸ਼ਨਸ਼ਿਪ ਰੱਖਣੀ ਤੇਰੇ ਨਾਲ, ਅਤੇ ਫਿਰ ਉੱਦਾਂ ਥੋੜ੍ਹੀ ਦੇਰ ਅੱਧੀ ਉੱਪਰ ਫਰੈਂਡ ਤੌਰ 'ਤੇ ਗੱਲ ਕਰਦੇ ਰਹੇ, ਫਿਰ ਮਾੜਾ ਮੋਟਾ ਇਹਨਾਂ ਨੇ ਮੇਰੀ ਮਤਲਬ ਇਰਾਦਾ ਹੀ ਬਦਲਤਾ ਮੇਰਾ ਜਿਹੜਾ ਹੈਗਾ ਸੀ ਪਹਿਲਾਂ, ਸੋਚਿਆ ਵੀ ਅਸੀਂ ਵੀ ਕੁੜੀਆਂ ਤੋਂ ਦੂਰ ਜਾਣ ਦਾ। ਮੇਰੇ ਘਰ 'ਚ ਤਾਂ ਪਹਿਲਾਂ ਲਵ ਮੈਰਿਜ ਅਲਾਊਡ ਹੀ ਨਹੀਂ ਹੈ, ਇਸ ਕਰਕੇ ਤਾਂ ਮੇਰੇ ਘਰ 'ਚ ਕੋਈ ਮੰਨਿਆ ਹੀ ਨਹੀਂ, ਘਰਦੇ ਕਹਿੰਦੇ ਅਸੀਂ ਕਰਨਾ ਹੀ ਨਹੀਂ ਨੇੜੇ, ਤਾਂ ਕਰਕੇ ਮੰਨਿਆ ਹੀ ਨਹੀਂ ਕੋਈ। ਇੱਕ ਗੱਲ ਹੀ ਛੱਡ ਕੇ ਦੂਜੀ ਗੱਲ ਹੀ ਜਿਹਨਾਂ ਦਾ ਘਰ ਹੈ ਮੇਰੇ ਘਰ ਤੋਂ, ਬਸ ਇੱਕੋ ਹੀ ਜਿੱਦ ਸੀ ਕਿ ਵਿਆਹ ਕਰਾਉਣਾ ਇਹਨਾਂ ਨਾਲ ਕਰਾਉਣਾ, ਵਰਨਾ ਕਿਸੇ ਨਾਲ ਨਹੀਂ। ਮਤਲਬ ਉਦਾਂ ਮਤਲਬ ਸਾਹਮਣੇ ਹੀ ਹੈ, ਜੇ ਆਪਾਂ ਕਿਧਰੇ ਜਾਂਦੇ ਆ ਨਾ ਬਾਜ਼ਾਰ ਵੀ ਉਹਨੂੰ ਮਤਲਬ ਇਹ ਮੰਮਾ ਸਾਹਮਣੇ ਦੇਖਦੇ ਆ ਤੇ ਉਹ ਦੇਖ ਕੇ ਮੂੰਹ ਘੁਮਾ ਲੈਂਦੇ ਆ, ਜਦ ਕੀ ਕਰਾਇਆ ਉਹਨਾਂ ਨੇ ਆਪ ਹੀ ਦਾ ਵਿਆਹ ਵਿਹੂ, ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਉਹ ਮੰਨਿਆ ਨਹੀਂ ਕਰਦੇ, ਫਿਰ ਇਹ ਕਹਿੰਦੇ ਆਪਾਂ ਭੱਜ ਚੱਲਦੇ ਆ ਨਾ, ਤੇ ਮਤਲਬ ਰੋਲਾ ਬਹੁਤ ਪੈ ਗਿਆ ਸਾਡਾ ਇੱਥੇ ਪਿੰਡ 'ਚ, ਜੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦੀ ਕੁੜੀ ਇੱਦਾਂ, ਮਤਲਬ ਉਹਨਾਂ ਮੁੰਡੇ ਦਾ ਗੱਲਬਾਤ ਸੀ ਇੱਦਾਂ ਉੱਦਾਂ ਆ, ਫਿਰ ਪੂਰੇ ਪਿੰਡ ਨੇ ਸਮਝਾਇਆ ਕਹਿੰਦੇ ਤੁਸੀਂ ਇੰਨਾ ਰੋਲਾ ਪੈ ਗਿਆ, ਚੰਗਾ ਤੁਸੀਂ ਵਿਆਹ ਹੀ ਕਰਾ ਦਿਓ ਇਹਨਾਂ ਦਾ। ਠੀਕ ਨੀ ਆ ਉਹ ਨੀ ਆ, ਮੈਂ ਕਿਹਾ ਚਲੋ ਕਿਸੇ ਵੇਲੇ ਸਾਡਾ ਦਿਲ ਕਰਦਾ ਆਪਾਂ ਬਣਾ ਲੈਂਦੇ ਆ, ਮੈਂ ਕਿਹਾ ਉਹਨਾਂ ਨੂੰ ਹਾਂ ਹਾਂ ਕਰਕੇ ਬਸ ਸੁਣ ਲੈਂਦੇ, ਬਸ ਉਹਨਾਂ ਦੀ ਮੰਨਦੇ ਨੀ ਆ। ਮੇਰਾ ਨਾਮ ਨਿੱਕ ਨੇਮ ਤਾਂ ਮਣੀ ਹੈ ਜੀ, ਉਹਦਾ ਪੱਕਾ ਨੇਮ ਧਰਮਿੰਦਰ ਸਿੰਘ ਹੈ ਜੀ। ਮੇਰਾ ਨਾਮ ਸਿਮਰਨ। ਮੈਂ ਜਿੱਦਾਂ ਕਿ ਮਤਲਬ ਗੱਡੀ ਚਲਾਉਂਦਾ ਜੀ, ਟਰੈਵਲਿੰਗ ਦਾ ਕੰਮ ਹੈ ਜੀ। ਹਾਂਜੀ ਮੇਰੀ ਉਮਰ 22 ਸਾਲ ਹੈ ਜੀ, ਤੇ ਇਹਨਾਂ ਦੀ 19 ਸਾਲ ਹੈ ਜੀ। ਉਹ ਇਹੀ ਹੈ ਜੀ, ਮਤਲਬ ਹੁਣ ਸਾਡੇ ਗਰੋਥ ਮਾੜਾ ਘੱਟ ਹੈ ਜੀ, ਇਸ ਹਿਸਾਬ ਨਾਲ ਇੱਦਾਂ ਲੱਗਦਾ ਜੀ, ਇਹਨੂੰ ਤਾਂ ਹੈ ਸਾਡੀ ਜ਼ਿਆਦਾ ਹੀ ਹੈ ਜੀ। ਨਹੀਂ ਨਹੀਂ ਕੈਮਰੇ ਕਰਕੇ ਨਹੀਂ ਹੈ ਜੀ, ਡੇਢ ਕੁ ਮਹੀਨਾ ਹੋ ਗਿਆ। ਮਤਲਬ ਆਹ ਮਹੀਨਾ ਛੱਡ ਕੇ ਉਸ ਤੋਂ ਅਗਲੇ ਮਹੀਨੇ 28 ਨੂੰ ਜੀ। ਹਾਂਜੀ, ਹੁਣ ਇੰਨਾ ਤਾਂ ਪਤਾ ਨਹੀਂ ਜੀ, ਮਤਲਬ ਕੋਈ ਵਧੀਆ ਵੀ ਬਣਾ ਰਿਹਾ ਜੀ, ਕੋਈ ਵਧੀਆ ਬਣਾ ਰਿਹਾ ਜੀ, ਕੋਈ ਵਧੀਆ ਗਾਣੇ ਲਾ ਕੇ ਬਣਾ ਰਿਹਾ ਜੀ, ਕੋਈ ਬੈਡ ਬਣਾਈ ਜਾਂਦਾ ਜੀ, ਹੁਣ ਉਹ 'ਚ ਆਪਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਨੂੰ, ਕੋਈ ਕਮੈਂਟ ਬੈਡ ਕਰੀ ਜਾਂਦਾ, ਕੋਈ ਬੈਸਟ ਕਰੀ ਜਾਂਦਾ, ਹੁਣ ਆਪਾਂ ਉਹਨਾਂ 'ਚ ਕੋਈ ਡਿਸੀਜਨ ਨਹੀਂ ਲੈ ਸਕਦੇ ਉਹਨਾਂ ਦਾ, ਉਹਨਾਂ ਨੂੰ ਜੋ ਸਹੀ ਲੱਗਦਾ ਉਹ ਕਰ ਸਕਦੇ, ਆਪਾਂ ਤਾਂ ਕੁਝ ਕਹਿ ਵੀ ਨਹੀਂ ਸਕਦੇ ਜੀ। ਜੇ ਇੱਕ ਨੂੰ ਆਪਾਂ ਰਿਸਪੋਂਸ ਦਊਂਗੇ, ਉੱਥੋਂ ਇੱਕ ਦੇ ਵੱਧ ਕੇ ਬਥੇਰੇ ਕਮੈਂਟ ਆਉਂਦੇ ਆ, ਹੁਣ ਆਪਾਂ ਕਿੰਨਿਆਂ ਨੂੰ ਰਿਸਪੋਂਸ ਦਊਂਗੇ, ਇਹ ਤੋਂ ਚੰਗਾ ਤਾਂ ਜੋ ਕਰਦੇ ਉਹਨਾਂ ਨੂੰ ਠੀਕ ਲੱਗਦਾ ਕਰੀ ਜਾਣ ਦਿਓ। ਬਟ ਉਹ ਦੇਖਣ 'ਚ ਹੀ ਹੈ, ਉਮਰ ਤਾਂ ਸਹੀ ਆ, 19 ਹੀ ਹੈ, ਅਤੇ ਲੋਕਾਂ ਦਾ ਕੀ ਹੈ, ਲੋਕ ਤਾਂ ਗੱਲਾਂ ਕਰਦੇ ਹੀ ਨੇ। ਨਹੀਂ ਬਿਲਕੁਲ ਵੀ ਨਹੀਂ, ਗੁੱਸਾ ਵੀ ਕਿਸ ਗੱਲ ਦਾ ਕਰਨਾ ਜੀ, ਹੁਣ ਆਪਾਂ ਉਹਨਾਂ ਨੂੰ ਜਾ ਕੇ ਮਤਲਬ ਕੁਝ ਕਹਿ ਥੋੜ੍ਹਾ ਸਕਦੇ, ਆਪਾਂ ਜੇ ਕਮੈਂਟ 'ਚ ਰਿਸਪੋਂਸ ਵੀ ਦਿੰਦੇ ਆ ਕਿਸੇ ਨੂੰ, ਉਹਦਾ ਵੀ ਉਹ ਗਲਤ ਮਤਲਬ ਵੀ ਕੱਢ ਦਿੰਦੇ ਆ ਜੀ, ਕੋਈ ਫਾਇਦਾ ਤਾਂ ਹੈ ਨਹੀਂ ਕਿਸੇ ਨੂੰ ਕੁਝ ਕਹੇ ਦਾ, ਜਿਹਨੂੰ ਛੋਟੇ ਲੱਗਦੇ ਆ ਉਹਨਾਂ ਦੀ ਆਪਣੀ ਪਰਸਨਲ ਲਾਈਫ 'ਚ ਤੁਹਾਨੂੰ ਆਪਾਂ ਛੋਟੇ ਲੱਗਦੇ ਹਾਂ, ਕੋਈ ਗੱਲ ਨਹੀਂ, ਛੋਟੀ ਠੀਕ ਸਹੀ ਉਹਨਾਂ ਲਈ।
ਨਹੀਂ ਕੁਛ ਇੱਦਾਂ ਦਾ ਤਾਂ ਕੁਛ ਨਹੀਂ ਹੁੰਦਾ ਜੀ, ਭਾਗ ਭੂਗ ਦਾ ਤਾਂ ਕੁਛ ਨਹੀਂ ਹੁੰਦਾ, ਜੋ ਉੱਧਰ ਉੱਪਰੋਂ ਕੁਦਰਤ ਤੋਂ ਬਣ ਕੇ ਆਇਆ ਪਿਆ ਜੀ ਉਹੀ ਹੈ ਜੀ, ਭਾਗ ਭੂਗ ਵਾਲੀ ਕੋਈ ਗੱਲ ਨਹੀਂ ਆ। ਇਹ ਤਾਂ ਆਪਣੇ 'ਚ ਮਤਲਬ ਮਨ ਮਿਲਾ ਹੁੰਦਾ ਜੀ, ਮਤਲਬ ਵਧੀਆ ਲੱਗੀਏ ਇੱਕ ਦੂਜੇ ਨੂੰ ਆਪਾਂ, ਮਤਲਬ ਵਧੀਆ ਲੱਗੇ ਆਪਾਂ ਇੱਕ ਦੂਜੇ ਨੂੰ, ਇਸ ਕਰਕੇ ਸਾਨੂੰ ਮਤਲਬ ਸੋਚਿਆ ਵੀ ਅੱਗੇ ਕਿਸੇ ਨੂੰ ਮਤਲਬ ਕਿਸੇ ਨੂੰ ਧੋਖਾ ਕਾਹਤੇ ਦੇਣਾ ਵੀ ਆਪਾਂ ਹੁਣ ਵਿਆਹ ਕਰਾ ਲੈਂਦੇ ਹਾਂ। ਵੈਸੇ ਵੀ ਕੁਛ ਪਰਸਨਲ ਰੀਜ਼ਨ ਵੀ ਸੀ ਮੇਰੇ ਫੈਮਿਲੀ ਦੇ, ਇਸ ਕਰਕੇ ਵੀ ਮੈਨੂੰ ਛੇਤੀ ਕਰਾਉਣਾ ਪੈ ਗਿਆ ਜੀ। ਇੰਸਟਾਗ੍ਰਾਮ 'ਤੇ ਬਾਇਓ 'ਤੇ ਇਹਨਾਂ ਦਾ ਨੰਬਰ ਸੀ, ਉੱਥੋਂ ਮੈਂ ਨੰਬਰ ਦਿੱਤਾ, ਫਿਰ ਕਾਲ ਕੀਤੀ, ਫਿਰ ਇਹ ਪੁੱਛ ਰਹੇ ਸੀ ਵੀ ਕੌਣ, ਫਿਰ ਮੈਂ ਇਹਨਾਂ ਦੀ ਕਜ਼ਨ ਮੇਰੀ ਫਰੈਂਡ ਹੈ, ਫਿਰ ਮੈਂ ਉਹਨਾਂ ਦਾ ਨਾਮ ਦਿੱਤਾ, ਮੈਂ ਕਿਹਾ ਉਹਨਾਂ ਦੀ ਮੈਂ ਫਰੈਂਡ ਬੋਲ ਰਹੀ ਹਾਂ ਅਤੇ ਮੈਂ ਤੁਹਾਨੂੰ ਦੇਖਿਆ ਹੋਇਆ। ਇਹ ਕਹਿੰਦੇ ਕਿ ਮੈਂ ਤਾਂ ਦੇਖਿਆ ਨਹੀਂ ਹੋਇਆ, ਅਤੇ ਮੈਂ ਕਿਹਾ ਕੋਈ ਨਾ ਮੈਂ ਤੁਹਾਨੂੰ ਹੁਣੇ ਦਿਖਾ ਦਿੰਦੀ ਹਾਂ, ਅਤੇ ਸਾਡਾ ਘਰ ਕੋਲ ਹੀ ਹੈ, ਇੱਕ ਅੱਧੀ ਗੱਲ ਛੱਡ ਕੇ ਫਿਰ ਇੰਸਟਾਗ੍ਰਾਮ 'ਤੇ ਗੱਲ ਹੋਈ ਸੀ। ਬਸ ਮੈਨੂੰ ਵਧੀਆ ਲੱਗਦੇ ਸੀ, ਮੈਂ ਇਹ ਆਉਂਦੇ ਹੁੰਦੇ ਸੀ ਆਪਣੀ ਕਜ਼ਨ ਦੇ ਘਰ, ਅਤੇ ਮੈਂ ਵੀ ਜਾਂਦੀ ਸੀ ਉਹਨਾਂ ਦੇ ਘਰ, ਅਤੇ ਮੈਨੂੰ ਬਚਪਨ ਤੋਂ ਪਸੰਦ ਸੀ। ਬਚਪਨ ਤੋਂ ਕਿੰਨੇ ਸਾਲ ਦੀ ਉਮਰ ਸੀ? 12। ਜੋ 12 ਸਾਲ ਦੀ ਉਮਰ ਤੋਂ ਪਸੰਦ ਸੀ ਭਾਜੀ, ਕੀ ਸੋਚਦੇ ਹੁੰਦੇ ਸੀ ਨਾਲ ਦੇਖ ਕੇ? ਬਸ ਕੁਝ ਨਹੀਂ, ਵਧੀਆ ਲੱਗਦੇ ਸੀ। ਅੱਛਾ ਵਧੀਆ ਲੱਗਦੇ ਸੀ, ਵਧੀਆ ਕੀ ਲੱਗਦਾ ਹੈ? ਬੋਲਣ ਦਾ ਤਰੀਕਾ। ਬੋਲਣ ਦਾ ਤਰੀਕਾ, ਅੱਛਾ ਠੀਕ ਹੈ। ਅਤੇ ਜੋ ਤੁਸੀਂ ਕਾਲ ਕਰਿਆ ਸੀ ਇਹਨਾਂ ਨੂੰ, ਅਤੇ ਇੱਦਾਂ ਨਹੀਂ ਦੱਸ ਸਕਦਾ ਕਿ ਫੈਮਲੀ ਚੁੱਕ ਲਈ ਕਿ ਇਹਨਾਂ ਦੀ ਕੀ ਕਹੇਗੀ? ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਪਰ ਤੁਸੀਂ ਕਿਸੇ ਨੂੰ ਦੱਸਿਆ ਨਾ, ਮੈਂ ਫਿਰ ਨਾਮ ਦੱਸਾਂਗੀ ਆਪਣਾ, ਪਹਿਲਾਂ ਨਹੀਂ ਦੱਸਿਆ। ਅੱਛਾ ਦੱਸਿਆ ਹੀ ਨਹੀਂ, ਨਾਮ ਦੱਸਿਆ ਹੀ ਨਹੀਂ ਸੀ, ਕਿਉਂ? ਮੈਂ ਕਿਹਾ ਕਿਸੇ ਨੂੰ ਦੱਸ ਨਾ ਦੇਣ ਜਾਂ ਕੁਝ, ਮੇਰੇ ਬ੍ਰਦਰ ਇਹਨਾਂ ਦੇ ਫਰੈਂਡ ਨੇ ਨਾ, ਤਾਂ ਕਰਕੇ। ਮੈਨੂੰ ਜਦੋਂ ਕੋਲ ਆਇਆ ਸੀ ਉਦੋਂ ਪਹਿਲਾਂ ਤਾਂ ਮਤਲਬ ਮੇਰੇ ਨਾ ਮਤਲਬ ਪਹਿਲਾਂ ਤਾਂ ਮੈਂ ਡਰ ਗਿਆ, ਮੈਂ ਪਤਾ ਨਹੀਂ ਕਿਹਦਾ ਫੋਨ ਆ ਗਿਆ, ਜਦੋਂ ਬੋਲਿਆ ਇਹਨਾਂ ਨੇ ਵਿੱਚ ਉਹ ਵੀ ਮੈਂ ਇੱਦਾਂ ਤੁਹਾਡੀ ਫਰੈਂਡ ਦੀ ਮਤਲਬ ਫਰੈਂਡ ਬੋਲਦੀ ਪਈ ਹਾਂ, ਅਤੇ ਮੈਂ ਕਿਹੜੀ ਫਰੈਂਡ ਦੀ? ਕਹਿੰਦੀ ਤੁਹਾਡੀ ਜਿਹੜੀ ਸਿਸਟਰ ਆ ਮੈਂ ਉਹਦੀ ਫਰੈਂਡ ਬੋਲਦੀ ਪਈ ਹਾਂ। ਮੈਂ ਕਿਹਾ ਅੱਛਾ ਕਿਹੜੀ ਫਰੈਂਡ? ਮੇਰੀ ਸਿਸਟਰ ਦੀ ਫਰੈਂਡ ਬੋਲਦੇ ਪਏ? ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗੀ, ਬਾਅਦ 'ਚੋਂ ਫਿਰ ਜਦੋਂ ਇਹਨਾਂ ਨੇ ਦੱਸਿਆ ਕਹਿੰਦੀ ਇੱਦਾਂ ਇੱਦਾਂ ਮੈਂ ਤੁਸੀਂ ਜਾਣਦੇ ਮੈਨੂੰ, ਤੁਸੀਂ ਮੈਂ ਤੁਹਾਨੂੰ ਜਾਣਦੀ, ਤੁਸੀਂ ਸ਼ਾਇਦ ਮੈਨੂੰ ਭੁੱਲ ਗਏ ਹੋਣੇ, ਇੱਦਾਂ ਉੱਦਾਂ ਕਹਿ ਕੇ ਫਿਰ ਮਾੜੀਆਂ ਮੋਟੀਆਂ ਗੱਲਾਂ ਚੱਲੀਆਂ, ਅਤੇ ਮੈਂ ਫਿਰ ਬਾਅਦ 'ਚ ਇਹਨਾਂ ਨੇ ਆਖਰ 'ਤੇ ਆਪਣਾ ਨਾਂ ਦੱਸਿਆ। ਮੈਂ ਕਿਹਾ ਅੱਛਾ ਅੱਛਾ ਮੈਂ ਕਿਹਾ ਉਹ ਤਾਂ ਮਤਲਬ ਬਹੁਤ ਚਿਰ, ਮੈਂ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲ ਗਿਆ? ਕਹਿੰਦੀ ਮੈਂ ਇੰਸਟਾਗ੍ਰਾਮ ਤੋਂ ਲਿਆ ਸੀ। ਅੱਛਾ ਮੈਂ ਕਿਹਾ ਫਿਰ ਫੋਨ ਕਾਹਦੇ ਲਈ ਕੀਤਾ? ਕਹਿੰਦੀ ਬਸ ਮੈਂ ਉੱਦਾਂ ਦਿਲ ਕੀਤਾ ਮੈਂ ਤੁਹਾਨੂੰ ਫੋਨ ਮਤਲਬ ਗੱਲ ਕਰਨੀ ਸੀ ਤੁਹਾਡੇ ਨਾਲ, ਫਰੈਂਡਸ਼ਿਪ ਕਰਨੀ ਸੀ ਤੁਹਾਡੇ ਨਾਲ। ਮੈਂ ਕਿਹਾ ਹਾਂਜੀ ਇਹਨਾਂ ਨੇ ਕੀਤਾ ਸੀ? ਨਹੀਂ ਮੈਂ ਨਾ ਥੋੜ੍ਹਾ ਜਿਹਾ ਨਾ ਮਤਲਬ ਦੂਰ ਹੀ ਸੀ ਜੀ ਕੁੜੀਆਂ ਤੋਂ ਨਾ, ਮੇਰੇ ਨਾ ਮਾੜਾ ਜਿਹਾ ਨਾ ਮਨ ਮਟਾਵ ਬਹੁਤ ਮਤਲਬ ਹੋਰ ਤਰ੍ਹਾਂ ਦਾ ਹੋ ਗਿਆ ਬਈ ਕੁੜੀਆਂ ਵਿੱਚ, ਮੈਂ ਤਾਂ ਗੱਲ ਵੀ ਨਹੀਂ ਸੀ ਕਰਦੀ। ਮੈਂ ਉਹਨੂੰ ਕਿਹਾ ਸੀ ਮੈਂ ਮੇਰਾ ਜਸਟ ਫਰੈਂਡਸ਼ਿਪ ਬਣ ਜਾ, ਮਤਲਬ ਜਸਟ ਫਰੈਂਡ ਬਣ ਜਾ, ਮੈਂ ਉੱਦਾਂ ਨਹੀਂ ਰਿਲੇਸ਼ਨਸ਼ਿਪ ਰੱਖਣੀ ਤੇਰੇ ਨਾਲ, ਅਤੇ ਫਿਰ ਉੱਦਾਂ ਥੋੜ੍ਹੀ ਦੇਰ ਅੱਧੀ ਪਰ ਫਰੈਂਡ ਤੌਰ 'ਤੇ ਗੱਲ ਕਰਦੇ ਰਹੇ, ਫਿਰ ਮਾੜਾ ਮੋਟਾ ਇਹਨਾਂ ਨੇ ਮੇਰੀ ਮਤਲਬ ਇਰਾਦਾ ਹੀ ਬਦਲਤਾ ਮੇਰਾ ਜਿਹੜਾ ਹੈਗਾ ਸੀ। ਪਹਿਲਾਂ ਸੋਚਿਆ ਪਿਆ ਸੀ ਵੀ ਕੁੜੀਆਂ ਤੋਂ ਦੂਰ ਜਾਣ ਦਾ, ਪਹਿਲਾਂ ਮੈਂ ਆਪਣਾ ਇਕੱਲੇ 'ਚ ਹੀ ਰਹਿੰਦਾ ਸੀ, ਜਦੋਂ ਮੇਰੇ ਮੰਮੀ ਪੂਰੇ ਹੋ ਗਏ ਸੀ ਮੈਂ ਇਕੱਲਾ ਰਹਿਣਾ ਸ਼ੁਰੂ ਕਰਤਾ ਸੀ, ਅਤੇ ਮੈਨੂੰ ਬਹੁਤ ਮਤਲਬ ਹੋ ਗਿਆ ਪਿਆ ਸੀ ਵੀ ਮੈਂ ਬਾਹਰ ਜਾਵਾਂ ਹੀ ਨਾ, ਅਤੇ ਮਾੜਾ ਮੋਟਾ ਜਾਂਦਾ ਸੀ ਸਮਾਨ ਸਮੂਨ ਲੈਣ, ਅਤੇ ਉੱਦਾਂ ਘਰ ਹੀ ਰਹਿੰਦਾ ਸੀ, ਅਤੇ ਸਟੱਡੀ 'ਤੇ ਆਪਣਾ ਕਰਦਾ ਹੁੰਦਾ ਸੀ। ਅਤੇ ਬਾਅਦ 'ਚੋਂ ਥੋੜ੍ਹੀ ਕੁ ਦੇਰ ਬਾਅਦ ਮੇਰੀ ਸਟੱਡੀ ਸਾਲ ਕੁ ਹੋਇਆ ਸੀ ਕੰਪਲੀਟ ਹੋ ਗਈ ਸੀ ਉਸ ਤੋਂ ਪਹਿਲਾਂ, ਅਤੇ ਫਿਰ ਉਹਨੀ ਦੇਰ ਨੂੰ ਇਹਨਾਂ ਦਾ ਫੋਨ ਆ ਗਿਆ ਸੀ, ਫਿਰ ਮੈਨੂੰ ਮੈਂ ਫਰੈਂਡ ਤੌਰ 'ਤੇ ਫਿਰ ਗੱਲ ਕਰਦਾ ਸੀ, ਜ਼ਿਆਦਾ ਹੋਰ ਨਹੀਂ ਸੀ ਕਰਦਾ। ਮਤਲਬ ਉੱਦਾਂ ਹਾਂ ਪਸੰਦ ਸੀ, ਪਰ ਮੈਂ ਉਦੋਂ ਦੇਖਿਆ ਸੀ ਉਦੋਂ ਮਤਲਬ ਜ਼ਿਆਦਾ ਗੌਰ ਨਹੀਂ ਸੀ ਕੀਤਾ, ਉਦੋਂ ਮਤਲਬ ਜ਼ਿਆਦਾ ਛੋਟੇ ਸੀ, ਅਤੇ ਉਦੋਂ ਮੈਨੂੰ ਉਦੋਂ ਸਿਆਣ ਮੱਤ ਹੈਗੀ ਸੀ ਮੇਰੀ, ਮੈਂ ਉਦੋਂ ਹੈਗਾ ਸੀ 15-16 ਸਾਲ ਦਾ ਸੀ ਉਦੋਂ ਮੈਂ, ਅਤੇ ਜਦੋਂ ਮੇਰੀ ਸਿਸਟਰ ਨਾਲ ਮਤਲਬ ਖੇਡਦੇ ਖੁੱਡਦੇ ਸੀ ਆਪਸ 'ਚ, ਮੈਂ ਗੌਰ ਨਹੀਂ ਸੀ ਕਰਦਾ, ਅਤੇ ਮੈਂ ਨਾ ਸਾਈਡ 'ਤੇ ਜਾ ਕੇ ਬਹਿ ਜਾਂਦਾ ਸੀ, ਸਗੋਂ ਇਹ ਮੈਨੂੰ ਛੇੜਦੇ ਹੁੰਦੇ ਸੀ ਆ ਕੇ ਵੀ ਤੂੰ ਸਾਡੇ ਨਾਲ ਖੇਲ ਆ ਕੇ। ਮੈਂ ਕਿਹਾ ਮੈਂ ਤੁਹਾਡੇ ਨਾਲ ਕੁੜੀਆਂ ਨਾਲ ਥੋੜ੍ਹਾ ਖੇਲੂੰਗਾ ਆ ਕੇ। ਫਿਰ ਉਹਦੇ ਬਾਅਦ ਤੋਂ ਸਾਡੇ ਮਤਲਬ ਕਾਫੀ ਟਾਈਮ ਹੋ ਗਿਆ ਸੀ, 3 ਕੁ ਸਾਲ ਹੋ ਗਏ, ਫਿਰ ਉਹਦੇ ਬਾਅਦ ਤੋਂ ਨਾ ਇਹਨਾਂ ਨੂੰ ਮੈਨੂੰ ਦੇਖਿਆ ਨਾ ਮੈਂ ਇਹਨਾਂ ਨੂੰ ਦੇਖਿਆ, ਫਿਰ ਬਹੁਤ ਦੇਰ ਬਾਅਦ ਇੱਦਾਂ ਦਾ ਅਚਾਨਕ ਹੀ ਨਾ ਮੈਨੂੰ ਫੋਨ ਆਇਆ ਜਿਸ, ਮੈਂ ਕਿਹਾ ਫਿਰ ਨੰਬਰ ਕਿੱਦਾਂ? ਬਾਕੀ ਤੁਹਾਨੂੰ ਜਿਹੜਾ ਦੱਸਿਆ ਉੱਦਾਂ ਹੀ ਸੀ ਸੇਮ। ਵਿਆਹ ਨੂੰ 1.5-2 ਮਹੀਨੇ ਹੋ ਚੱਲੇ ਜੀ। ਮੇਰੇ ਤਾਂ ਪਹਿਲਾਂ ਤਾਂ ਚਲੋ ਨਹੀਂ ਸੀ ਮੰਨੇ ਪਏ, ਫਿਰ ਜਦੋਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਮੇਰੀ ਭਾਬੀ ਚੱਲ ਗਏ ਫਿਰ, ਅਤੇ ਫਿਰ ਸਾਨੂੰ ਮਾੜਾ ਜਿਹਾ ਔਖਾ ਜਿਹਾ ਹੋ ਗਿਆ ਸੀ ਸਾਰੀ ਚੀਜ਼ਾਂ ਵਾਸਤੇ। ਫਿਰ ਮੈਂ ਆਪਣੇ ਬ੍ਰਦਰ ਨੂੰ ਮੇਰੇ ਨੂੰ ਜਿੱਦਾਂ ਕਿ ਨਾ ਇੱਧਰ ਜਾ ਰਹੇ ਸੀ ਗੜ੍ਹ ਸ਼ੰਕਰ ਏਰੀਏ 'ਚ, ਉਹ ਨਾ ਆਪਣਾ ਨਾ ਲੋਕੇਸ਼ਨ ਦੇਖਣ ਜਾ ਰਹੇ ਸੀ ਕੋਈ ਜਗ੍ਹਾ ਜੁਗਾ ਦੀ, ਅਤੇ ਉਹਨਾਂ ਦਾ ਇੱਕ ਫਰੈਂਡ ਸੀ, ਅਤੇ ਉੱਥੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਬਾਈਕ ਉਹਨਾਂ ਦਾ ਫਰੈਂਡ ਚਲਾ ਰਿਹਾ ਸੀ ਅਤੇ ਉਹਨਾਂ ਦਾ ਐਕਸੀਡੈਂਟ ਹੋਇਆ, ਥਾਂ 'ਤੇ ਮਤਲਬ ਡੈਥ ਹੋ ਗਈ ਸੀ ਉਹਨਾਂ ਦੀ।
ਤੇ ਉਹਨਾਂ ਦੇ ਵਿਆਹ ਨੂੰ ਸਿਰਫ 4 ਕੁ ਮਹੀਨੇ ਹੋਏ ਸੀ ਤੇ ਭਾਬੀ ਮਤਲਬ ਉਹਨਾਂ ਦੇ ਡੈਥ ਤੋਂ ਵੱਧ ਹੀ ਉਹ ਜਦੋਂ ਉਹਨਾਂ ਦਾ ਭੋਗ ਪਿਆ ਨਾਲ ਹੀ ਚੱਲ ਗਏ ਸੀ ਤੇ ਫਿਰ ਮਤਲਬ ਥੋੜ੍ਹੇ ਕੁ ਦਿਨ ਜਦੋਂ ਸਾਡੇ ਅੱਧਾ ਕੁ ਮਹੀਨਾ ਲੰਘ ਗਿਆ ਫਿਰ ਸਾਨੂੰ ਮਤਲਬ ਲੱਗਾ ਵੀ ਵੈਸੇ ਵੀ ਉਹਨਾਂ ਨੇ ਕਹਿੰਦੇ ਵੀ ਅਸੀਂ ਔਖਾ ਬਹੁਤ ਆ ਰੋਟੀ ਪਾਣੀ ਦਾ ਵੀ ਬਾਕੀ ਚੀਜ਼ਾਂ ਦਾ ਵੀ ਮਤਲਬ ਕੰਮ ਕੁੰਮ ਦਾ ਵੀ ਘਰ ਬਹੁਤ ਬੜਾ ਤਾ ਨਾ ਮਤਲਬ ਹੈਗੇ ਤੇ 3-4 ਕਮਰੇ ਦੇ ਮਤਲਬ ਇਕੱਲਾ ਹੁਣ ਡੈਡੀ ਤੇ ਇੱਕ ਮੈਂ ਤੇ ਇੱਕ ਮੇਰੇ ਤੋਂ ਛੋਟਾ ਦਾ ਆਪਾਂ 3 ਮਤਲਬ ਬੋਈ ਸੀ ਬਚੇ ਦੇ ਅਤੇ ਗਰਲ ਕੋਈ ਵੀ ਨਹੀਂ ਸੀ ਮੰਮਾ ਚੱਲ ਗਏ ਸੀ ਪਹਿਲਾਂ ਹੀ ਉਹ ਫਿਰ ਆਪਾਂ ਆਪ ਹੀ ਕਰਦੇ ਸੀ ਕਿਸੇ ਵੇਲੇ ਡੈਡੀ ਘਰ ਲੱਗ ਜਾਂਦੇ ਸੀ ਮਤਲਬ ਭਾਂਡੇ ਭੁੰਡੇ ਲਈ ਜਾਂ ਆਪਾਂ ਮੈਂ ਆਪਣੇ ਜੇ ਕਿਤੇ ਕੰਮ ਕੁੰਮ 'ਤੇ ਜਾਊਂਗਾ ਫਿਰ ਡੈਡੀ ਹੋਣੀ ਰੋਟੀ ਰੁਟੀ ਦਾ ਮਤਲਬ ਆਪ ਹੀ ਕਰਨ ਲੱਗ ਗਏ ਫਿਰ ਮੈਨੂੰ ਇਹ ਵੀ ਲੱਗਾ ਮੈਂ ਕਿਹਾ ਚੱਲ ਮੇਰੀ ਫਰੈਂਡਸ਼ਿਪ ਤਾਂ ਹੈਗੀ ਮੈਂ ਇੱਕ ਵਾਰੀ ਡੈਡੀ ਨਾਲ ਗੱਲ ਕਰਕੇ ਦੇਖਦਾ ਫਿਰ ਡੈਡੀ ਕਹਿੰਦੇ ਹਾਂ ਠੀਕ ਆ ਕਹਿੰਦੇ ਕਰ ਲਓ ਫਿਰ ਮੈਂ ਜਦੋਂ ਇਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਮੈਂ ਡੈਡੀ ਨੂੰ ਪੁੱਛਿਆ ਡੈਡੀ ਮੰਨ ਗਏ ਆ ਮਤਲਬ ਤੂੰ ਵੀ ਗੱਲ ਕਰ ਲੈ ਆਪਣੇ ਘਰਦਿਆਂ ਦਾ ਮਤਲਬ ਇਹਨਾਂ 'ਚ ਮਨ ਬਹੁਤ ਹੋਇਆ ਮਤਲਬ ਮਨ ਲਗਾ ਬਹੁਤ ਗੱਲਾਂ ਕੀਤੀਆਂ ਇਹਨਾਂ ਨੇ ਮਤਲਬ ਇਹਨਾਂ ਮੰਨੇ ਹੀ ਨਹੀਂ ਪਹਿਲਾਂ ਤਾਂ ਲੱਗੇ ਰਹੇ ਗੱਲਾਂ ਕਰਨ ਵੀ ਆਪਾਂ ਨਹੀਂ ਕਰਨਾ ਉਹ ਕਰਨਾ ਫਿਰ ਮੇਰੇ ਡੈਡੀ ਨੇ ਆਪ ਗਏ ਕਹਿੰਦਾ ਮਤਲਬ ਆਪਾਂ ਵੀ ਕਹਿੰਦਾ ਇਸ ਕਰਕੇ ਕਰ ਰਹੇ ਹਾਂ ਮਤਲਬ ਸਾਡਾ ਨਾ ਮਤਲਬ ਕੋਈ ਹੈ ਨਹੀਂ ਆ ਬਾਕੀ ਨਾਲੇ ਕੁੜੀ ਵਾਲੇ ਮੁੰਡਾ ਆਪਸ 'ਚ ਲਾਈਕ ਕਰਦੇ ਪਸੰਦ ਕਰਦੇ ਇੱਕ ਦੂਜੇ ਨੂੰ ਕੱਲ੍ਹ ਨੂੰ ਤੁਸੀਂ ਕਿੱਧਰ ਵੀ ਵਿਆਹ ਕਰਾਉਂਗੇ ਹੀ ਉਹ ਇੱਧਰ ਹੀ ਕਰਾ ਦਿਉ ਬਾਕੀ ਤੁਹਾਡੇ ਕੋਲ ਦਾ ਕੋਲ ਰਹਿ ਜਾਣਾ ਅਤੇ ਬਾਕੀ ਬਸ ਇੰਨੀ ਕੁ ਗੱਲ ਹੋਈ ਸੀ ਅਤੇ 2 ਕੁ ਮਹੀਨੇ ਹੋਏ ਫਿਰ ਇਹਨਾਂ ਨੇ ਫੋਨ ਫਾਨ ਇੱਥੋਂ ਖੋਲ੍ਹੇ ਸਾਰੇ ਕੁਛ ਮੇਰੇ ਘਰ 'ਚ ਤਾਂ ਪਹਿਲਾਂ ਲਵ ਮੈਰਿਜ ਅਲਾਊਡ ਹੀ ਨਹੀਂ ਹੈ ਇਸ ਕਰਕੇ ਤਾਂ ਮੇਰੇ ਘਰ 'ਚ ਕੋਈ ਮੰਨਿਆ ਹੀ ਨਹੀਂ ਅਤੇ ਘਰਦੇ ਕਹਿੰਦੇ ਅਸੀਂ ਕਰਨਾ ਹੀ ਨਹੀਂ ਨੇੜੇ ਤਾਂ ਕਰਕੇ ਮੰਨਿਆ ਹੀ ਨਹੀਂ ਕੋਈ ਇੱਕ ਗਲੀ ਛੱਡ ਕੇ ਦੂਜੀ ਗਲੀ 'ਚ ਇਹਨਾਂ ਦਾ ਘਰ ਹੈ ਮੇਰੇ ਘਰ ਤੋਂ ਉਹ ਵੀ ਪਹਿਲਾਂ ਇਹ ਮਤਲਬ ਪਹਿਲਾਂ ਕਿੱਧਰੇ ਹੋਰ ਰਹਿੰਦੇ ਸੀ ਹੁਣ ਨਵੇਂ ਨਵੇਂ ਉਦੋਂ ਸ਼ਿਫਟ ਹੋਏ ਸੀ ਇਹਲੇ ਮਤਲਬ ਸਾਲ ਕੁ ਹੋਇਆ ਸੀ ਇਹਨਾਂ ਦਾ ਮਤਲਬ ਸਾਡੇ ਮਤਲਬ ਪਿੰਡ 'ਚ ਇਹਨਾਂ ਜਗ੍ਹਾ ਵਧੀਆ ਲਈ ਇਹਨਾਂ ਨੇ ਲਈ ਵੀ ਸੀ ਇਹਨਾਂ ਦੇ ਮਤਲਬ ਡੈਡੀ ਹੁਣਾਂ ਨੇ ਪਹਿਲੀ ਜਗ੍ਹਾ ਲਈ ਵੀ ਸੀ ਬਸ ਉੱਥੇ ਪਾਈ ਫਿਰ ਉੱਥੇ ਸ਼ਿਫਟ ਹੋ ਗਏ ਤੇ ਇਹ ਨਹੀਂ ਬਿਲਕੁਲ ਵੀ ਨਹੀਂ ਕੀ ਸੀਗਾ ਪਛਾਣ ਕੀ ਗਿਆ ਬਸ ਇੱਕੋ ਹੀ ਜਿੱਦ ਸੀ ਕਿ ਵਿਆਹ ਕਰਾਣਾ ਇਹਨਾਂ ਨਾਲ ਕਰਾਣਾ ਵਰਨਾ ਕਿਸੇ ਨਾਲ ਨਹੀਂ ਅੱਛਾ ਤੇ ਪੜ੍ਹਾਈ ਕਰ ਰਹੀ ਸੀ ਪੂਰੀ ਕਿੰਨੇ ਕਲਾਸ ਪੜ੍ਹੇ ਹੋ 8th ਅੱਛਾ ਸੋਚਿਆ ਨਹੀਂ ਅੱਗੇ ਕੀ ਪੜ੍ਹਾਈ ਕਰਨੀ ਚਾਹੀਦੀ ਹੈ ਨਹੀਂ ਮੈਂ ਸਟਿਚਿੰਗ ਸਿੱਖਣ ਲੱਗੀ ਸੀ ਉਸ ਤੋਂ ਬਾਅਦ ਸਟਿਚਿੰਗ ਸਿੱਖਣ ਲੱਗ ਗਈ ਸੀ ਹੋਰ ਥੋੜੇ ਥੋੜੇ ਸੂਟ ਸਿੱਖ ਲਏ ਹੈ ਹਾਂਜੀ ਮੰਨੇ ਤਾਂ ਤਾਂ ਵੀ ਨਹੀਂ ਸੀ ਪਰ ਫਿਰ ਕੁਝ ਬੰਦਿਆਂ ਨੇ ਸਮਝਾਇਆ ਬਾਹਰ ਦੇ ਲੋਕਾਂ ਨਾਲ ਵੀ ਕਰ ਦਿਉ ਫਿਰ ਮੰਮੀ ਕਹਿੰਦੀ ਚਲੋ ਕੋਈ ਨਾ ਕਰ ਦਿੰਦੇ ਹਾਂ ਬਾਕੀ ਬੁਲਾਉਣ ਚੱਲ ਲਾਉਣ ਤਾਂ ਰੱਖੀ ਨਹੀਂ ਅੱਛਾ ਬੁਲਾਉਂਦੇ ਨਹੀਂ ਕਰਦੇ ਜਮਾਂ ਹੀ ਨਹੀਂ ਬੁਲਾਉਂਦੇ ਮਤਲਬ ਉੱਦਾਂ ਮਤਲਬ ਸਾਹਮਣੇ ਹੀ ਹੈ ਜੇ ਆਪਾਂ ਕਿਧਰੇ ਜਾਂਦੇ ਨਾ ਬਾਜ਼ਾਰ ਬਜ਼ੁਰਗ ਨੂੰ ਮਤਲਬ ਇਹ ਮੰਮਾ ਸਾਹਮਣੇ ਦਿਖਦੇ ਆ ਅਤੇ ਉਹ ਦੇਖ ਕੇ ਮੂੰਹ ਘੁਮਾ ਲੈਂਦੇ ਆ ਜਦ ਕਿ ਕਿਰਾਇਆ ਉਹਨਾਂ ਨੇ ਆਪ ਹੀ ਦਾ ਵਿਆਹ ਵਿਊਹ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਉਹ ਮੰਨਿਆ ਨਹੀਂ ਕਰਦੇ ਫਿਰ ਇਹ ਕਹਿੰਦੇ ਆਪਾਂ ਭੱਜ ਚੱਲਦੇ ਹਾਂ ਮੈਂ ਭੱਜ ਕੇ ਕਿੱਥੇ ਤੱਕ ਜਾਊਂਗੇ ਆਪਾਂ ਵੀ ਹੈ ਨਾ ਅਤੇ ਮੈਂ ਕਿਹਾ ਮੁੜ ਕੇ ਘਰ ਨੂੰ ਫਿਰ ਵਾਪਸ ਆਊਂਗੇ ਆਪਾਂ ਭੱਜ ਕੇ ਕੋਈ ਫਾਇਦਾ ਵੀ ਨਹੀਂ ਹੈ ਅਤੇ ਆਪਾਂ ਜੇ ਮੰਨਦੇ ਆ ਠੀਕ ਹੈ ਨਹੀਂ ਤਾਂ ਮੈਂ ਕਿਹਾ ਕੋਈ ਨਹੀਂ ਉਹਨਾਂ ਨੂੰ ਜੋ ਠੀਕ ਲੱਗਦਾ ਉੱਦਾਂ ਬਲ ਹੈ ਫਿਰ ਉਹਨਾਂ ਨੂੰ ਹੋਇਆ 3-4 ਜਾੜਿਆਂ ਨੂੰ ਹੋਏ ਮਤਲਬ ਉਹਨਾਂ ਨੂੰ ਭੇਜਿਆ ਵੀ ਆਪਾਂ ਉਹਨਾਂ ਨਾਲ ਗੱਲ ਕਰੋ ਜਾ ਕੇ ਫਿਰ ਉਹ ਗਏ ਉਹਨਾਂ ਕੋਲ ਉਹਨਾਂ ਦੀ ਵੀ ਨਹੀਂ ਗੱਲ ਮੰਨੀ ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰ ਮਤਲਬ ਕੋਈ ਵੀ ਕਿਸੇ ਦੀ ਨਹੀਂ ਗੱਲ ਮੰਨਿਆ ਕਰਦੇ ਸੀ ਫਿਰ ਇਹਨਾਂ ਦੇ ਮਤਲਬ ਰੌਲਾ ਬਹੁਤ ਪੈ ਗਿਆ ਸਾਡਾ ਇੱਥੇ ਪਿੰਡ 'ਚ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦੀ ਕੁੜੀ ਇੱਦਾਂ ਮਤਲਬ ਉਹਨਾਂ ਮੁੰਡੇ ਨਾਲ ਗੱਲਬਾਤ ਸੀ ਇੱਦਾਂ ਉੱਦਾਂ ਆ ਫਿਰ ਪੂਰੇ ਪਿੰਡ ਨੇ ਸਮਝਾਇਆ ਕਹਿੰਦੇ ਤੁਸੀਂ ਇੰਨਾ ਰੌਲਾ ਪੈ ਗਿਆ ਇਸ ਤੋਂ ਚੰਗਾ ਤੁਸੀਂ ਵਿਆਹ ਹੀ ਕਰਾ ਦਿਉ ਇਹਨਾਂ ਦਾ ਫਿਰ ਤਾਂ ਕਰਕੇ ਵਿਆਹ ਹੋਇਆ ਜੀ ਸਾਡਾ ਪਿੰਡ ਇਕੱਠਾ ਹੋ ਗਿਆ ਪੰਚਾਇਤਾਂ ਆਈਆਂ ਹਨਾ ਹਾਂਜੀ ਸਾਰੇ ਜਿੰਨੇ ਵੀ ਪਿੰਡ ਦੇ ਬੰਦੇ ਸੀਗੇ ਵੱਡੇ ਸਭ ਨੂੰ ਬਿਠਾਇਆ ਤੇ ਉਸ ਵੇਲੇ ਕੋਈ ਗੱਲ ਹੋਈ ਫੈਮਿਲੀ ਨੇ ਕੁਝ ਤੁਹਾਨੂੰ ਕਿਹਾ ਹੋਵੇ ਜਾਂ ਕਿਸੇ ਹੋਰ ਬਸ ਇੰਨਾ ਹੀ ਹੋਇਆ ਸੀ ਕਹਿੰਦੇ ਆਪਾਂ ਵਿਆਹ ਕਰਾ ਦਾਂਗੇ ਤੁਹਾਡਾ ਵੀ ਆਪਾਂ ਮਤਲਬ ਇਹਦੇ ਘਰ ਦੇ ਕਹਿੰਦੇ ਵੀ ਆਪਾਂ ਕੁੜੀ ਦਾ ਕੁਛ ਵੀ ਲੈਣਾ ਦੇਣਾ ਮਤਲਬ ਮਿਲਣਾ ਜੁਲਣਾ ਕੁਛ ਵੀ ਨਹੀਂ ਰੱਖਣਾ ਆਪਾਂ ਹੋਇਆ ਸੀ ਬਟ ਫਿਰ ਸੋਚਿਆ ਵੀ ਚਲ ਕੋਈ ਨਾ 1 ਸਾਲ ਜਾਂ 2 ਸਾਲ ਲੱਗਣਗੇ ਬੁਲਾ ਹੀ ਲੈਣਗੇ ਉਮੀਦ ਤਾਂ ਹੈਗੀ ਹੈ ਕੋਸ਼ਿਸ਼ ਕੀਤੀ ਕਦੇ ਹਾਂ ਰਸਤੇ ਵਗੈਰਾ 'ਚ ਮਿਲਦੇ ਨੇ ਬਟ ਮੂੰਹ ਘੁਮਾ ਲੈਂਦੇ ਨੇ ਬੁਲਾਉਂਦੇ ਨਹੀਂ ਫੋਨ ਕਦੇ ਕੀਤਾ ਉਹਨਾਂ ਕਦੇ ਕੋਸ਼ਿਸ਼ ਕੀਤੀ ਫੋਨ ਵਗੈਰਾ ਨਹੀਂ ਦਿਲ ਕਰਦਾ ਇੱਕ ਵਾਰ ਕਰਿਆ ਸੀ ਦੀਦੀ ਤੋਂ ਕਰਵਾਇਆ ਸੀ ਕਿਸੇ ਤੋਂ ਅਤੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਰੋਂਗ ਨੰਬਰ ਲੱਗਾ ਵੀ ਕਹਿੰਦੇ ਚਲੋ ਕੋਈ ਨਾ ਮੁੜ ਕੇ ਕਰਿਆ ਨਹੀਂ ਹਾਂਜੀ
ਗਿਆ ਤੋਂ ਬਾਅਦ ਬਸ ਇਹੀ ਹੈ ਕਿ ਸਹੁਰੇ ਪਰਿਵਾਰ ਦਾ ਪਰਿਵਾਰ ਪਿਆਰ ਮਿਲ ਰਿਹਾ ਬਸ ਘਰਦਿਆਂ ਦਾ ਮਿਲ ਨਹੀਂ ਰਿਹਾ ਪਰਿਵਾਰ 'ਚ ਕੌਣ ਕੌਣ ਹੈ ਪਰਿਵਾਰ 'ਚ ਬਥੇਰੇ ਜਾਣੇ ਨੇ ਡੈਡੀ ਦੋ ਜੇਠ ਦੋ ਜੇਠਾਨੀਆਂ ਪਛਤਾਵਾ ਤਾਂ ਨਹੀਂ ਹੁੰਦਾ ਪਛਤਾਵਾ ਤਾਂ ਨਹੀਂ ਹੁੰਦਾ ਜਿਵੇਂ ਲੋਕੀ ਗਲਤ ਬੋਲਦੇ ਨੇ ਕਮੈਂਟ ਕਰਦੇ ਨੇ ਫਿਰ ਥੋੜਾ ਹੁੰਦਾ ਵੀ ਹਾਂ ਹਾਂਜੀ ਕੋਈ ਕਮੈਂਟ ਪੜਦੇ ਆ ਕਈ ਕਹਿੰਦੇ ਵੀ ਇੰਨੀ ਛੋਟੀ ਉਮਰ ਚ ਹੋਇਆ ਇਹਨਾਂ ਤੇ ਕੇਸ ਬਣਦਾ ਹੈ ਕੁਝ ਵਗੈਰਾ ਐਦਾਂ ਕਹਿੰਦੇ ਨੇ ਲੋਕੀ ਕੋਈ ਗਲਤ ਕਮੈਂਟ ਕਰਦੇ ਆ ਕੋਈ ਮਤਲਬ ਵਧੀਆ ਕਰਦੇ ਆ ਕਹਿੰਦੇ ਇਹਨਾਂ ਦੀ ਫੈਮਿਲੀ ਦੀ ਸਿਚੁਏਸ਼ਨ ਇਸ ਹਿਸਾਬ ਨਾਲ ਕਰਾਈ ਆ ਮਤਲਬ ਇਸ ਕਰਕੇ ਵਿਆਹ ਕਰਾਇਆ ਕਈਆਂ ਨੂੰ ਪਤਾ ਨਹੀਂ ਆ ਵੀ ਕਿਸ ਕਰਕੇ ਉਹ ਬੋਲ ਦਿੰਦੇ ਆ ਵੀ ਹਾਲੇ ਅੱਠਵੀਂ ਨਹੀਂ ਪਾਸ ਕੀਤੀ ਉਹ ਨਹੀਂ ਪਾਸ ਕੀਤਾ ਤੂੰ ਹੈ ਕਿੰਨਾ ਕੁ ਹੈ ਇੱਦਾਂ ਹੁੰਦਾ ਉਹ ਗੱਲਾਂ ਕਰਦੇ ਆ ਹੁਣ ਉਹਨਾਂ ਨੂੰ ਹੋਰ ਮਤਲਬ ਬੜੇ ਜਾਣੇ ਆ ਕਹਿਣ ਨੂੰ ਤਾਂ ਕੋਈ ਕਹੂੰਗਾ ਪਹਿਲਾਂ ਕੋਈ ਕਹੂੰ ਦਸਵੀਂ ਨਹੀਂ ਪਾਸ ਕੀਤੀ ਕੋਈ ਅੱਠਵੀਂ ਪੰਜਵੀਂ ਤੱਕ ਉਹਲੀ ਤਾਂ ਥੱਲੇ ਤਾਂ ਗਿਰੀ ਜਾਂਦੇ ਬਸ ਇਹ ਨਹੀਂ ਦੱਸਿਆ ਕਰਦੇ ਕੁਝ ਵੀ ਚਲੋ ਜੋ ਵੀ ਹੋਣਾ ਕਿਸੇ ਕਰਕੇ ਕਰਾਇਆ ਹੋਣਾ ਮਤਲਬ ਉਹਨਾਂ ਨੂੰ ਕਿਹੜਾ ਚਾਰ ਜਿਹੜਾ ਵੀ ਵਿਆਹ ਕਰਾ ਲਿਆ ਕਿਸੇ ਹਮੇਸ਼ਾ ਕਿਸੇ ਦੀ ਮਜਬੂਰੀ ਸਮਝਣੀ ਚਾਹੀਦੀ ਹੈ ਜੇ ਛੋਟੀ ਉਮਰ 'ਚ ਵਿਆਹ ਕਰਾਇਆ ਪੱਕਾ ਕਿਸੇ ਚੀਜ਼ ਕਰਕੇ ਹੀ ਕਰਾਇਆ ਹੋਣਾ ਇੱਦਾਂ ਤਾਂ ਨਹੀਂ ਕਰਾਇਆ ਪਰ ਇਹ ਸਮਝਦੇ ਨਹੀਂ ਆ ਲੋਕ ਸੋਚਦੇ ਆ ਵੀ ਚਲੋ ਸ਼ੌਂਕ ਚੜਿਆ ਇਹਨਾਂ ਨੂੰ ਵਿਆਹ ਕਰਾਉਣ ਦਾ ਬਸ ਕਰਾ ਲਿਆ ਵਿਆਹ ਕਿਹੜਾ ਛੋਟੀ ਮੋਟੀ ਚੀਜ਼ ਆ ਜੀ ਵੀ ਬਸ ਸ਼ੌਂਕ ਚੜਿਆ ਕਰਾ ਲਿਆ ਬਹੁਤ ਲੈਣਾ ਦੇਣਾ ਹੁੰਦਾ ਬਹੁਤ ਚੀਜ਼ਾਂ ਹੁੰਦੀਆਂ ਘਰ ਦੀਆਂ ਮਜਬੂਰੀਆਂ ਹੁੰਦੀਆਂ ਤੰਗੀਆਂ ਹੁੰਦੀਆਂ ਉਹਨਾਂ ਕਰਕੇ ਹੀ ਹੁੰਦਾ ਹੈ ਵਿਆਹ ਇੱਦਾਂ ਨਹੀਂ ਹੁੰਦਾ ਸਾਨੂੰ ਵੀ ਮਤਲਬ ਜ਼ਿਆਦਾ ਲੋੜ ਨਹੀਂ ਸੀ ਵਿਆਹ ਕਰਾਉਣ ਦੀ ਮੈਨੂੰ ਵੀ ਬਹੁਤ ਮਤਲਬ ਮੇਰਾ ਇਰਾਦਾ ਨਹੀਂ ਸੀ ਵਿਆਹ ਕਰਾਉਣ ਦਾ ਮੈਂ ਡੈਡੀ ਨੂੰ ਵੀ ਕਿਹਾ ਸੀ ਪਰ ਡੈਡੀ ਕਹਿੰਦੇ ਹੁਣ ਕੋਈ ਫਾਇਦਾ ਤਾਂ ਹੈ ਨਹੀਂ ਕਹਿੰਦਾ ਹੁਣ ਘਰੇ ਕੋਈ ਵੀ ਨਹੀਂ ਹੈ ਕਹਿੰਦਾ ਮੈਂ ਵੀ ਕਿੰਨੇ ਤੱਕ ਹੁਣ ਤੇਰੇ ਸਾਹਮਣੇ ਇੱਦਾਂ ਕੋਈ ਆਇਆ ਗਿਆ ਕੱਲ੍ਹ ਨੂੰ ਦੇਖੇਗਾ ਆਪਾਂ ਚੁੱਲ੍ਹੇ ਚੌਂਕਿਆਂ 'ਤੇ ਬੈਠੇ ਚੰਗੇ ਲੱਗਦੇ ਹਾਂ ਬਸ ਇਹ ਗੱਲ 'ਤੇ ਬੜਾ ਜਾਂ ਹੋਰ ਤਰ੍ਹਾਂ ਦਾ ਹੋਇਆ ਜਦੋਂ ਡੈਡੀ ਭਾਂਡੇ ਭੂੰਡੇ ਧੋਂਦੇ ਹੁੰਦੇ ਤੇ ਬਾਕੀ ਗੱਲਾਂ ਜੋ ਕਰਦੇ ਹੁੰਦੇ ਤਾਂ ਬਹੁਤ ਔਖਾ ਲੱਗਦਾ ਸੀ ਹਾਂਜੀ ਜਦੋਂ ਮੰਮਾ ਚੱਲ ਗਏ ਸੀ ਉਹਦੇ ਵਾਧੂ ਦੀ ਮਤਲਬ ਜ਼ਿਆਦੀਆਂ ਤੰਗੀਆਂ ਤਾਂ ਨਹੀਂ ਆਈਆਂ ਉੱਦਾਂ ਮਤਲਬ ਬਹੁਤ ਹੁੰਦਾ ਸੀ ਮਤਲਬ ਦੁੱਖ ਜਿਹਾ ਉਹਦੇ ਵਾਧੂ ਮੇਰੇ ਬ੍ਰਦਰ ਨੇ ਸੰਭਾਲ ਲਿਆ ਸੀ ਮੈਂ ਮੰਮਾ ਦਾ ਲਾਡਲਾ ਸੀ ਮਤਲਬ ਸਾਰੇ ਪਰਿਵਾਰ ਦਾ ਲਾਡਲਾ ਸੀ ਉਹਦੇ ਵਾਧੂ ਮੇਰੇ ਮੇਰੇ ਬ੍ਰਦਰ ਨੇ ਨਾ ਸਾਰੇ ਸ਼ੌਂਕ ਪਗਾਏ ਮੇਰੀ ਸਟੱਡੀ ਸ਼ੁਰੂ ਉਹਨੇ ਫਿਰ ਦੁਬਾਰਾ ਤੋਂ ਕਰਾਈ ਮਤਲਬ ਸਭ ਕੁਝ ਕਰਾਇਆ ਉਹਨੇ ਮੈਂ ਪਲੱਸ ਟੂ ਤੱਕ ਪੜ੍ਹਿਆ ਬਈ ਅਤੇ ਉਹਦੇ ਵਾਧੂ ਸਟੱਡੀ ਉਹਨੇ ਸਭ ਕੁਛ ਉਹਨੇ ਕਰਾਈ ਮੈਂ ਜੋ ਕੋਈ ਚੀਜ਼ ਲੈਣੀ ਹੋਵੇ ਕੱਪੜੇ ਕੁੱਪੜੇ ਉਹੀ ਕਰਾਉਂਦਾ ਸੀ ਹੁਣ ਜਦੋਂ ਹੁਣ ਉਹ ਵੀ ਨਹੀਂ ਨਾ ਰਿਹਾ ਪਰ ਮਤਲਬ ਹੁਣ ਇਹ ਸੋਚਦਾ ਵੀ ਮੈਂ ਲਾਡਲਾ ਹੁਣ ਰਿਹਾ ਕਿਹਦਾ ਹੈ ਮਤਲਬ ਪਹਿਲਾਂ ਮੈਂ ਜਿੱਦ ਕਰਦਾ ਹੁੰਦਾ ਸੀ ਹੁਣ ਮੈਂ ਵੀ ਇੱਦਾਂ ਕਰ ਲਿਆ ਵੀ ਜਿੱਦ ਮੰਗਾ ਲੈਂਦਾ ਸੀ ਵੀ ਕਹਿੰਦਾ ਸੀ ਵੀ ਉਹ ਚੀਜ਼ ਲੈਣੀ ਹੈ ਤਾਂ ਲੈਣੀ ਹੀ ਹੈ ਮੇਰੇ ਡੈਡੀ ਹੁਣੀ ਹੁਣ ਮਤਲਬ ਬਜ਼ੁਰਗ ਹੋ ਗਏ ਪਿਆ ਉਹਨਾਂ ਤੋਂ ਹੁਣ ਕਿਸੇ ਵੇਲੇ ਕੰਮ ਨਹੀਂ ਹੁੰਦਾ ਅਤੇ ਮੈਨੂੰ ਇੱਦਾਂ ਦਾ ਲੱਗਦਾ ਵੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂ ਵੀ ਜਿੰਨਾ ਕੁਛ ਹੋ ਸਕਦਾ ਉਹਨਾਂ ਦੀ ਕਰਾਂ ਹੈਲਪ ਪਰ ਮੇਰੇ ਤੋਂ ਇਕੱਲੇ ਤੋਂ ਨਾ ਮਤਲਬ ਇੰਨਾ ਕੁਛ ਹੋ ਨਹੀਂ ਪਾਉਂਦਾ ਜਿੰਨਾ ਮੈਂ ਸੋਚਦਾ ਤਾਂ ਕਰਕੇ ਹਾਂਜੀ ਹਾਂਜੀ ਇੱਕ ਗੱਲ ਤੁਸੀਂ ਕਹਿ ਵੀ ਸਕਦੇ ਵੀ ਦੱਬੇ ਤਾਂ ਗਏ ਆ ਕਿਉਂਕਿ ਹੁਣ ਜੇ ਆਪਾਂ ਜੇ ਮੈਂ ਆਪ ਇਹਨਾਂ ਨੂੰ ਲੈ ਕੇ ਕਿਧਰੇ ਘੁੰਮਣ ਫਿਰਨ ਜਾਊਂਗਾ ਫਿਰ ਮੁੜ ਕੇ ਘਰ ਦਾ ਔਖਾ ਹੋ ਜਾਣਾ ਜੀ ਘਰੇ ਦਾ ਮਤਲਬ ਕੁੱਲ ਮੈਂ ਕੋਈ ਹੈ ਨਹੀਂ ਨਾ ਜੇ ਭਾਬੀਆਂ ਹੈਗੀਆਂ ਜੀ ਉਹਨਾਂ ਦੇ ਆਪਣੇ ਮਤਲਬ ਆਪਣੇ ਨਿਆਣੇ ਆ ਉਹਨਾਂ ਦਾ ਹੀ ਦੇਖਦੇ ਆ ਅਤੇ ਉੱਪਰ ਦਾ ਮਾੜਾ ਮੋਟਾ ਕਰ ਦੂੰਗੇ ਜੇ ਕਰਨਾ ਹੋਇਆ ਰੋਟੀ ਪਾਣੀ ਦਾ ਹੀ ਹੁੰਦਾ ਮੇਨ ਤਾਂ ਜੀ ਮਤਲਬ ਵਧੀਆ ਮਤਲਬ ਇਹ ਵੀ ਬਹੁਤ ਵਧੀਆ ਕਰਦੀ ਰੋਟੀ ਪਾਣੀ ਮਤਲਬ ਡੈਡੀ ਨੂੰ ਬਹੁਤ ਪਸੰਦ ਆਉਂਦਾ ਰੋਟੀ ਪਾਣੀ ਦਾ ਤੇ ਬਹੁਤ ਘੈਂਟ ਬਣਾਉਂਦੇ ਘੁੰਮਣ ਦਾ ਤੇ ਮੈਨੂੰ ਬਿਲਕੁਲ ਸ਼ੌਂਕ ਨਹੀਂ ਆ ਪਰ ਮੈਨੂੰ ਨਹੀਂ ਆ ਬਸ ਮੇਰੇ ਇੱਕੋ ਹੀ ਸ਼ੌਂਕ ਸੀ ਸਟਿਚਿੰਗ ਕਰਨ ਦਾ ਉਹ ਸਿੱਖ ਲਈ ਆ ਹਾਂਜੀ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਵੈਸੇ ਪੈ ਤਾਂ ਬਹੁਤ ਜ਼ਿਆਦਾ ਗਲਤ ਰਿਹਾ ਆ ਪਰ ਲੋਕ ਚਲੋ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਹੀ ਉਹ ਸ਼ਾਇਦ ਇੱਦਾਂ ਬੋਲਦੇ ਹੋਣੇ ਵੀ ਚਲੋ ਇਹ ਵੀ ਇੱਦਾਂ ਦੇ ਆ ਇੱਦਾਂ ਦੇ ਆ ਪਰ ਨਹੀਂ ਸਾਨੂੰ ਨਹੀਂ ਉੱਦਾਂ ਵਧੀਆ ਲੱਗਦਾ ਵੀ ਉੱਦਾਂ ਦੀ ਹੁਣ ਲਾਈਕ ਫੇਮ ਕਰਕੇ ਆਪਾਂ ਆਪਣਾ ਪਹਿਨਾਵਾ ਬਦਲ ਦਈਏ ਹੁਣ ਪਹਿਨਾਵਾ ਆਪਾਂ ਪੰਜਾਬ 'ਤੇ ਰਹਿੰਦੇ ਹਾਂ ਪਹਿਨਾਵਾ ਸਾਨੂੰ ਉਹੀ ਰੱਖਣਾ ਚਾਹੀਦਾ ਜੋ ਆਪਾਂ ਵਧੀਆ ਲੱਗਦੇ ਜਿਹ 'ਚ
ਹੁਣ ਆਪਾਂ ਸਾਨੂੰ ਆਪਣਾ ਜਿਹੜੀ ਚੀਜ਼ ਵਧੀਆ ਲੱਗਦੀ ਆਪਾਂ ਉਹੀ ਰੱਖੀਏ, ਇਸ ਤੋਂ ਚੰਗਾ ਹੈ ਥੋੜ੍ਹਾ ਵੀ ਕਿਸੇ ਨੂੰ ਦੇਖ ਕੇ ਆਪਾਂ ਉਹਦੇ ਵੱਲ ਹੀ ਹੋ ਜਾਈਏ ਵੀ ਉਹਨੂੰ ਇੰਨੇ ਲਾਈਕ ਆ ਰਿਹਾ ਆਪਾਂ ਉਹੀ ਰੀਲ ਬਣਾਉਂਦੇ ਹਾਂ, ਸਾਨੂੰ ਇਹ ਨਹੀਂ ਆ ਵੀ ਉਹਨੂੰ ਇੰਨੇ ਲਾਈਕ ਆ ਰਿਹਾ ਆਪਾਂ ਉਹੀ ਰੀਲ ਬਣਾਉਣੀ ਆ, ਸਾਡਾ ਜਿਹੜਾ ਦਿਲ ਕਰਦਾ ਆਪਾਂ ਹੋਲੀ ਜਦੋਂ ਕਿਸੇ ਵੇਲੇ ਆਪਾਂ ਗੁਰਦੁਆਰੇ ਜਾਣਾ ਹੁੰਦਾ ਤਿਆਰ ਹੋ ਕੇ ਅਤੇ ਉਦੋਂ ਹੀ ਰੀਲ ਬਣਾ ਲੈਂਦੇ ਬਸ। ਰੋਕ ਟੋਕ ਕਰਨੀ ਵੀ ਕਿਹਨੇ ਆ ਜੀ, ਰੋਕ ਟੋਕ ਹਮੇਸ਼ਾ ਸੱਸ ਕਰਦੀ ਹੈ ਜੀ, ਹੁਣ ਜੇ ਉਹ ਹੀ ਨਹੀਂ ਹੈ ਸਹੁਰੇ ਨੂੰ ਹੁਣ ਜਿਹੜਾ ਹੁੰਦਾ ਜੀ ਡੈਡੀ ਹੁਣ ਉਹਨਾਂ ਨੂੰ ਕਿਆ ਮਤਲਬ ਕਿਆ ਰੋਕ ਟੋਕ ਕਰਨੀ ਉਹਨਾਂ ਨੇ ਵੀ ਉਹਨਾਂ ਨੇ ਪਹਿਣਾ ਗੁਰਦੁਆਰੇ ਚੱਲੇ ਜਿੱਥੇ ਜਾਣਾ ਉਹਨਾਂ ਨੇ ਇਹੀ ਪੁੱਛਣਾ ਵੀ ਚੱਲੇ ਕਿੱਥੇ ਆ, ਬਸ ਇਹ ਥੋੜ੍ਹਾ ਕਹਿਣਾ ਵੀ ਹੁਣ ਤੁਸੀਂ ਉੱਧਰ ਜਾਓ ਨਾ, ਉਹਨਾਂ ਨੂੰ ਪਤਾ ਵੀ ਹੁਣ ਕਿਸੇ ਨਾਲ ਗੱਲ ਵੀ ਕਹਿੰਦਾ ਪੁੱਛਣਾ ਵੀ ਕਿੱਥੋਂ ਹੈ ਤਾਂ ਕਰਕੇ ਜੀ। ਹਾਂਜੀ ਕਰਦੇ ਕਹਿੰਦੇ ਵੀ ਤੁਸੀਂ ਮਤਲਬ ਗਲਤ, ਮੈਨੂੰ ਕਹਿੰਦੇ ਆ ਵੀ ਤੂੰ ਗਲਤੀ ਕੀਤਾ ਵੀ ਤੂੰ ਵੀਡੀਓ ਬਣਾਉਂਦਾ ਆ, ਤੈਨੂੰ ਲੋਕ ਮਤਲਬ ਗਲਤ ਮਲਤ ਕਮੈਂਟ ਕਰਦੇ ਰਹਿੰਦੇ ਆ, ਉਹ ਆ ਉਹ ਆ। ਮੈਂ ਡੈਡੀ ਨੂੰ ਇਹੀ ਕਹਿੰਦਾ, ਮੈਂ ਕਿਹਾ ਡੈਡੀ ਉਹਨਾਂ ਦੀ ਜਿੰਨੀ ਕੁ ਸੋਚ ਆ ਉਹਨਾਂ ਕੁ ਉੱਨੀ ਹੀ ਯੂਜ਼ ਕਰਨੀ ਆ ਉਹਨਾਂ ਨੇ, ਇਸ ਤੋਂ ਵੱਧ ਕੇ ਕੁਛ ਵੀ ਨਹੀਂ ਕਰਨਾ, ਜੋ ਗਲਤ ਬੋਲਦਾ ਬੋਲੀ ਚਲੋ। ਅੱਜ ਕੱਲ੍ਹ ਤਾਂ ਮੈਂ ਕਿਹਾ ਸਾਰਿਆਂ ਨੂੰ ਗਲਤ ਬੋਲੀ ਜਾਂਦੇ ਆ, ਇੱਕ ਦੂਡੀ ਗਲਤ ਬੋਲਿਆ ਕਰਦੇ, ਜਿਹੜੀ ਵੀ ਕੁਛ ਵੀ ਚੱਲਦਾ ਆ ਉਹਨਾਂ ਨੂੰ ਹੀ ਗਲਤ ਬੋਲਣਾ। ਹੁਣ ਇਹਨਾਂ ਦਾ ਕੰਮ ਹੀ ਇਹੀ ਫੜ ਲਿਆ ਵੀ ਆਪਾਂ ਫੇਮ ਜੇ ਲੈਣਾ ਹੀ ਆ ਤਾਂ ਗਲਤ ਬੋਲ ਕੇ ਲੈਣਾ, ਜੇ ਉਹਨਾਂ ਦੀ ਵੀਡੀਓ ਬਣਾਉਣੀ ਆ ਜੇ ਉਹਨਾਂ ਦੀ ਆਪਾਂ ਜੇ ਵੀਡੀਓ ਕਲਿੱਪ ਕਰਦੇ ਆ ਉਹਨਾਂ ਦੀ ਲੈਂਦੇ ਵੀ ਆ, ਅੱਗੇ ਆਪਣੀ ਵੋਇਸ ਲਾ ਕੇ ਮਤਲਬ ਗਲਤ ਮਲਤ ਬੋਲੀ ਜਾਣਾ, ਚਲੋ ਉਹਨਾਂ ਨੂੰ ਜੋ ਠੀਕ ਲੱਗਦਾ ਕਰੀ ਜਾਣ, ਸਾਨੂੰ ਤਾਂ ਨਹੀਂ ਕੋਈ ਇਸ 'ਚ ਉਹ ਹੈਗਾ। ਕਹਿੰਦੇ ਆ ਰਿਸ਼ਤੇਦਾਰ ਬਥੇਰੇ ਆ, ਕਹਿੰਦੇ ਆ ਵੀ ਤੁਸੀਂ ਇੱਦਾਂ ਬਣਾਉਂਦੇ ਆ ਸਾਡੇ ਇੱਧਰ, ਮਤਲਬ ਜਦੋਂ ਦੇਖਦੇ ਆ ਉਹ ਕਹਿੰਦੇ ਰਹਿੰਦੇ ਆ ਵੀ ਤੁਸੀਂ ਰਹਿਣ ਤੋਂ ਬੰਦ ਕਰ ਦਿਓ ਬਣਾਉਣੀਆਂ, ਮਤਲਬ ਠੀਕ ਨਹੀਂ ਆ ਉਹ ਨਹੀਂ ਹੈ। ਮੈਂ ਕਿਹਾ ਚਲੋ ਕਿਸੇ ਵੇਲੇ ਸਾਡਾ ਦਿਲ ਕਰਦਾ ਆਪਾਂ ਬਣਾ ਲੈਂਦੇ ਆ, ਮੈਂ ਕਿਹਾ ਉਹਨਾਂ ਨੂੰ ਹਾਂ ਹਾਂ ਕਰਕੇ ਬਸ ਸੁਣ ਲੈਂਦੇ, ਬਸ ਉਹਨਾਂ ਦੀ ਮੰਨਦੇ ਨਹੀਂ ਹੈ। ਪਹਿਲਾਂ ਇਹਨਾਂ ਨੂੰ ਹੀ ਸੀ, ਮਤਲਬ ਜਦੋਂ ਕੁਆਰੇ ਸੀ ਨਾ ਇਹ ਮੈਨੂੰ ਰੀਲਾਂ ਸੈਂਡ ਕਰਦੇ ਹੁੰਦੇ ਸੀ, ਮੈਂ ਉਦੋਂ ਬਣਾਉਂਦਾ ਨਹੀਂ ਸੀ, ਮੈਂ ਇਕੱਲੀਆਂ ਆਪਣੀ ਫੋਟੋ ਹੀ ਅਪਲੋਡ ਕਰਦਾ ਹੁੰਦਾ ਸੀ, ਅਤੇ ਇਹ ਜਦੋਂ ਬਣਾਉਂਦੇ ਹੁੰਦੇ ਸੀ ਆਪਣੀਆਂ ਮਤਲਬ ਬਣਾ ਕੇ ਵੋਇਸ ਉੱਤੋਂ, ਮੈਂ ਤਾਂ ਜਿਹੜੀ ਹੁਣ ਰੀਲਾਂ ਪਾਉਂਦੇ ਨਾ ਆਪਾਂ ਉੱਚੇ ਬੋਲਦੀ ਨਹੀਂ ਆ, ਮਤਲਬ ਕੋਈ ਗਾਣਾ ਕੋਈ ਬੋਲਦੀ ਨਹੀਂ ਆ, ਜਿਹੜੀ ਇਹ ਪਹਿਲਾਂ ਪਾਉਂਦੀ ਹੁੰਦੀ ਸੀ ਮੈਨੂੰ ਉੱਚੇ ਗਾਣਾ ਗਾਉਂਦੀ ਹੁੰਦੀ ਸੀ ਆਪ ਸਭ ਕੁਛ। ਹਾਂਜੀ ਮੈਂ ਬਸ ਉਹਨਾਂ ਨੂੰ ਅੰਤ 'ਚ ਇਹੀ ਕਹਿਣਾ ਚਾਹੂੰਗਾ ਵੀ ਭਾਜੀ ਮੇਰੀ ਮਜਬੂਰੀ ਸੀ, ਕੋਈ ਜ਼ਿਆਦਾ ਮਨ ਮੰਗਾਉ ਨਹੀਂ ਆ, ਮੈਂ ਤੁਹਾਨੂੰ ਬਸ ਇੱਕੋ ਰਿਕੁਐਸਟ ਕਰਾਂਗਾ ਬਸ ਗਲਤ ਕਮੈਂਟ ਵਾਲੇ ਗਲਤ ਵੀਡੀਓ ਤੁਸੀਂ ਨਾ ਬਣਾਓ, ਤੁਸੀਂ ਬਸ ਇੰਨਾ ਦੱਸਾਂਗਾ ਤੁਸੀਂ ਰੀਲਾਂ 'ਚ ਪਾਣੀਆਂ ਆਪਣੇ ਵੱਲੋਂ ਪਾ ਲਓ, ਇਹ ਨਹੀਂ ਮੈਂ ਕਹਿੰਦਾ ਵੀ ਨਾ ਪਾਓ, ਬਸ ਗਲਤ ਕਮੈਂਟ ਅਤੇ ਗਲਤ ਤਰੀਕੇ ਨਾਲ ਨਾ ਪਾਓ, ਬਸ ਮੈਂ ਤੁਹਾਨੂੰ ਇੱਕ ਲਾਸਟ ਇਹੀ ਗੱਲ ਕਰਨਾ ਚਾਹੂੰਗਾ, ਬਸ ਇਹੀ ਹੈ। ਜੇ ਸ਼ੁਰੂ ਰੱਖੋਗੇ ਫਿਰ ਇਹਨਾਂ ਦੀ ਆਪਣੀ ਕੋਮਨ ਸੈਂਸ, ਜਿੱਦਾਂ ਜਿੰਨਾ ਕੋਲ ਦਿਮਾਗ ਹੋਊਗਾ ਇਹਨਾਂ ਦਾ, ਜਿੱਦਾਂ ਕਿ ਇਹਨਾਂ ਦੇ ਘਰ ਦੇ ਬਾਹਰ ਜਿੱਦਾਂ ਜੋ ਗੱਲਾਂ ਚੱਲਦੀਆਂ ਹੋਣੀਆਂ ਜੀ ਉਸ ਹਿਸਾਬ ਨਾਲ ਕਰੂੰਗੇ ਇਹ, ਜਿਸ ਮਜਬੂਰੀ 'ਚ ਹੁਣ ਵੀ ਸਾਡੀ ਮਜਬੂਰੀ ਨਾ ਸਮਝ ਪਾਏ, ਜੇ ਹੁਣ ਵੀ ਗਲਤ ਕਮੈਂਟ ਉਮਰਾਂ ਬਾਰੇ ਦੱਸੀ ਜਾਂਦੇ, ਫਿਰ ਉਹਨਾਂ ਦੀ ਗੁਜਾਇਸ਼ ਆ, ਉਹਨਾਂ ਜੋ ਠੀਕ ਲੱਗਦਾ ਕਰੀ ਜਾ, ਸਾਨੂੰ ਇਹ 'ਚ ਕੁਛ ਨਹੀਂ ਆ, ਆਪਾਂ ਤਾਂ ਬਸ ਤੁਹਾਨੂੰ ਦੱਸਣਾ ਤਾ ਵੀ ਵੀਰੇ ਸਾਡੀ ਇਹ ਸੀ, ਸਾਡੀ ਮੇਰੇ ਬ੍ਰਦਰ ਵਾਲੇ ਮੇਰੀ ਮੰਮਾ ਦੀ ਡੈਥ ਹੋ ਗਈ ਵੀ ਸੀ, ਅਤੇ ਮੁੜ ਕੇ ਘਰ ਕੋਈ ਵੀ ਨਹੀਂ ਸੀ, ਇਸ ਕਰਕੇ ਸਾਨੂੰ ਕਰਾਉਣਾ ਪਿਆ, ਨਹੀਂ ਤਾਂ ਕੋਈ ਸਾਨੂੰ ਚਾਹ ਨਹੀਂ ਸੀ ਇਸ ਗੱਲ ਦਾ। ਮੈਨੂੰ ਕਦੀ ਕੀਤਾ ਹੀ ਨਹੀਂ ਜੀ, ਮੈਂ ਕਦੀ ਕਿਸੇ ਨੂੰ ਨਾ ਜੀ ਆਉਂਦਾ ਹੀ ਨਹੀਂ ਜੀ, ਮੈਨੂੰ ਤਾਂ ਗੱਲ ਤਾਂ ਇਹ ਆਈ। ਥੈਂਕ ਯੂ ਜੀ।